ਸਜਰਾਣਾ ਪਿੰਡ ਸਭ ਤੋਂ ਅਮੀਰ ਪਿੰਡ ਗਿਣਿਆ ਜਾਂਦਾ ਸੀ ਤਹਿਸੀਲ ਫਾਇਲਕਾ ਵਿੱਚ ਹੁਣ ਤਾਂ ਚਲੋ ਜ਼ਿਲ੍ਹਾ ਬਣ ਗਿਆ ਪਰ ਸਨ 70 ਤੋਂ 1970 ਵਿੱਚ ਇੱਕ ਫਲੱਡ ਆਇਆ ਸੀ ਵੱਡਾ ਜਿਸ ਫਲੱਡ ਨੇ ਪਿੰਡ ਵੀ ਢੇਰੀ ਕਰਤਾ ਤੇ ਖੇਤ ਵੀ ਜਿਹੜੇ ਸੀ ਪੱਕੇ ਝੋਨੇ ਸੀਗੇ ਉਹਦੇ ਉੱਤੇ 3-3, 4-4 ਫੁੱਟ ਪਾਣੀ ਚੜ ਗਿਆ ਔਰ 70 ਤੋਂ ਬਾਅਦ ਇਹ ਜਿਹੜਾ ਨੀਵਾਂ ਰਕਬਾ ਸੀ ਪਿੰਡ ਦਾ ਤਕਰੀਬਨ 500-600 ਏਕੜ ਰਕਬਾ ਜਿਹੜਾ ਬਿਲਕੁਲ ਨੀਵਾਂ ਸੀਗਾ ਉਹ ਰਕਬਾ ਅੱਜ ਵੀ 50 ਸਾਲ ਬਾਅਦ ਵੀ ਉਹ ਰਕਬਾ ਉਸੇ ਤਰ੍ਹਾਂ ਬੀਆਬਾਨ ਪਿਆ ਹੈ ਔਰ ਕਿਸਾਨ ਜਿਹੜੇ ਉਹ ਸਰਕਾਰਾਂ ਦੇ ਮੂੰਹ ਵੱਲੇ ਵੇਖ ਰਹੇ ਨੇ ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਰਕਬਾ ਸਰਕਾਰ ਇਹਦੇ ਵਿੱਚ ਤਨਦੇਹੀ ਨਾਲ ਅਗਰ ਕੰਮ ਕਰੇ ਤਾਂ ਇਹਦੇ ਵਿੱਚ ਕੋਈ ਮਿੱਟੀ ਵਗੈਰਾ ਪੈ ਜਾਵੇ ਤਾਂ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਇੱਕ ਏਕੜ ਵਿੱਚ ਅੱਜ ਦੇ ਜ਼ਮਾਨੇ 'ਚ 1 ਲੱਖ ਰੁਪਈਆ ਸਾਲ ਦਾ ਮਿਲਦਾ ਹੈ ਅਤੇ 500-600 ਏਕੜ ਰਕਬਾ ਬਰਬਾਦ ਪਿਆ ਹੈ ਕਿਸਾਨਾਂ ਦੀ ਹਾਲਤ ਤਰਸਯੋਗ ਹੈ ਸਾਡੇ ਕੋਲ ਇੱਥੇ ਟੋਟਲ 95 ਏਕੜ ਰਕਬਾ ਹੈ ਜੀ ਜਿਹਦੇ 'ਚ 35 ਏਕੜ ਰਕਬਾ ਸਾਡਾ ਥੱਲੇ ਪਿਆ ਛੱਪੜਾਂ 'ਚ ਔਰ 35 ਏਕੜ ਰਕਬਾ ਜਿਹੜਾ ਹੈ ਉਹ ਇੱਕ ਕਿਸਾਨ ਦਾ ਇੱਕ ਕਿੱਲਾ ਵੀ ਪਿਆ ਹੋਵੇ ਤਾਂ ਉਹ ਬੜਾ ਮਾਯੂਸ ਹੁੰਦਾ ਹੈ ਹਾਂ ਕਿਸਾਨ ਕਦੇ ਆਪਣੀ ਹਿੰਮਤ ਨਹੀਂ ਛੱਡਦਾ ਔਰ ਅੱਜ ਵੀ ਕਿਸਾਨ ਜਿਹੜਾ ਉਹ ਆਪਣੀ ਹਿੰਮਤ ਰੱਖਦਾ ਹੈ ਉਹ ਚਾਹੁੰਦੇ ਨੇ ਕਿ ਕਿਸੇ ਟਾਈਮ ਇਹ ਜ਼ਮੀਨਾਂ ਦੇ ਰਾਜੇ ਸੀ ਅਸੀਂ ਔਰ ਉਹ ਅੱਜ ਵੀ ਉਹ ਅਸੀਂ ਸੋਚਦੇ ਹਾਂ ਕਿ ਉਹ ਜ਼ਮੀਨਾਂ ਜੇ ਸਰਕਾਰ ਸਾਡੀ ਮਦਦ ਕਰ ਦੇਵੇ ਤਾਂ ਅੱਜ ਵੀ ਉਹ ਉਸੇ ਤਰ੍ਹਾਂ ਖੁਸ਼ਹਾਲੀ ਆ ਸਕਦੀ ਉਸੇ ਤਰ੍ਹਾਂ ਤਰੱਕੀ ਹੋ ਸਕਦੀ ਕਿਸਾਨ ਇਹਦੇ ਵਿੱਚ ਸਿਰਫ 3-4 ਜਿਹੜੇ ਵੱਡੇ ਜ਼ਮੀਂਦਾਰ ਨੇ ਬਾਕੀ ਸਾਰੇ 2-2, 4-4 ਏਕੜ ਵਾਲੇ ਬੰਦੇ ਨੇ ਜਿਹੜੇ ਵਿਚਾਰੇ ਬਿਲਕੁਲ ਇੱਥੋਂ ਮਾਯੂਸ ਹੋ ਕੇ ਬਾਹਰ ਚਲੇ ਗਏ ਕੁਛ ਲੋਕਾਂ ਨੇ ਦੁਕਾਨਦਾਰੀ ਬਣਾ ਲਈ ਕੋਈ ਰੋਜ਼ੀ ਮਤ ਦਾ ਮਸਲਾ ਕਰਕੇ ਛੋਟੇ ਛੋਟੇ ਜ਼ਮੀਂਦਾਰ ਕਿਉਂਕਿ ਵੱਡੇ ਜ਼ਮੀਂਦਾਰ ਤਾਂ ਬੈਠੇ ਨੇ ਰਹਿਮਤ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸੁਖਵਿੰਦਰ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਗੱਲ ਕਰਦੇ ਹਾਂ ਕੁਦਰਤ ਦੀ ਕੁਦਰਤ ਦੇ ਰੰਗ ਢੰਗ ਕੁਦਰਤ ਦੇ ਨਜ਼ਾਰੇ ਬੜੇ ਵੱਖਰੇ ਹਨ ਤਾਂ ਕੁਦਰਤ ਨੇ ਬਹੁਤ ਕੁਛ ਕੀਤਾ ਬਹੁਤ ਕੁਛ ਕਰ ਰਹੀ ਹੈ ਫਾਜ਼ਿਲਕਾ ਦਾ ਇਲਾਕਾ ਹੈ ਸਜਰਾਣਾ ਅਤੇ ਨਾਲ ਹੋਰ ਕਈ ਪਿੰਡ ਹਨ ਜਿੱਥੇ ਕੁਦਰਤ ਨੇ ਬਹੁਤ ਉਥਲ ਫੁਥਲ ਕੀਤੀ ਹੋਈ ਹੈ ਵੇਖਿਆ ਜਾਵੇਗਾ ਕਿ ਇੱਕ ਪਾਸੇ ਹਰਿਆਲੀ ਹੈ ਝੋਨੇ ਦੀ ਨਰਮੇ ਦੀ ਗੰਨੇ ਦੀ ਅਤੇ ਹੋਰ ਕਈ ਤਰ੍ਹਾਂ ਦੀ ਫਸਲਾਂ ਬੜੀ ਚੰਗੀਆਂ ਖੜੀਆਂ ਹਨ ਅਤੇ ਦੂਸਰੇ ਪਾਸੇ ਵੇਖਿਆ ਜਾਵੇ ਤਾਂ ਦੂਰ ਦੂਰ ਤੱਕ ਨਜ਼ਰ ਮਾਰੀਏ ਤਾਂ ਹਜ਼ਾਰਾਂ ਏਕੜ ਸੈਂਕੜੇ ਹਜ਼ਾਰਾਂ ਏਕੜ ਬੰਜਰ ਜ਼ਮੀਨ ਪਈ ਆ ਧਰਤੀ ਦੇ ਥੱਲਿਓਂ ਪਾਣੀ ਨਿਕਲ ਰਿਹਾ ਜਿੱਥੇ ਕਦੇ ਕਰੋੜਾਂ ਰੁਪਏ ਦੀ ਫਸਲ ਹੁੰਦੀ ਸੀ ਚਹਿਲ ਪਹਿਲ ਸੀ ਖੇਤਾਂ ਦੇ ਵਿੱਚ ਅੱਜ ਉੱਥੇ ਸੁੰਨ ਪਸਰੀ ਹੋਈ ਹੈ ਕੀ ਕਾਰਨ ਹੈ ਕਿਸਾਨ ਆਤਮਾ ਰਾਮ ਸਾਡੇ ਨਾਲ ਮੌਜੂਦ ਨੇ ਤਾਂ ਬੁੱਧੀਜੀਵੀ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਸੁਖਵਿੰਦਰ ਜੀ ਕੀ ਕਾਰਨ ਹੈ ਕਦੇ ਇੱਥੇ ਲਹਿਰਾਂ ਵਹਿਰਾਂ ਹੁੰਦੀਆਂ ਸੀ ਖੇਤਾਂ ਦੇ ਵਿੱਚ ਕਿਸਾਨ ਚੰਗੇ ਅਮੀਰ ਸੀ ਚੰਗਾ ਪੈਸਾ ਪਾ ਸੀ ਅੱਜ ਏਰੀਆ ਬਰਾਨੀ ਹੋ ਚੁੱਕਿਆ ਬੰਜਰ ਹੈ ਬਸ ਸੁਖਵਿੰਦਰ ਜੀ ਸਮਾਂ ਸਮਾਂ ਸਮਰੱਥ ਹੈ ਸਮਾਂ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਜਿਹੜੀ ਚੱਕਰੀ ਆਈ ਕੁਦਰਤ ਦਾ ਗੇੜ ਵੱਜਿਆ ਸਜਰਾਣਾ ਪਿੰਡ ਸਭ ਤੋਂ ਅਮੀਰ ਪਿੰਡ ਗਿਣਿਆ ਜਾਂਦਾ ਸੀ ਤਹਿਸੀਲ ਫਾਜ਼ਿਲਕਾ ਵਿੱਚ ਹੁਣ ਤਾਂ ਚਲੋ ਜ਼ਿਲ੍ਹਾ ਬਣ ਗਿਆ ਪਰ ਸਨ 1970 ਵਿੱਚ ਇੱਕ ਫਲੱਡ ਆਇਆ ਸੀ ਵੱਡਾ ਜਿਸ ਫਲੱਡ ਨੇ ਪਿੰਡ ਵੀ ਢੇਰੀ ਕਰਤਾ ਅਤੇ ਖੇਤ ਵੀ ਜਿਹੜੇ ਸੀ ਪੱਕੇ ਝੋਨੇ ਸੀਗੇ ਉਹਦੇ ਉੱਤੇ 3-3, 4-4 ਫੁੱਟ ਪਾਣੀ ਚੜ੍ਹ ਗਿਆ ਔਰ 70 ਤੋਂ ਬਾਅਦ ਇਹ ਜਿਹੜਾ ਨੀਵਾਂ ਰਕਬਾ ਸੀ ਪਿੰਡ ਦਾ ਤਕਰੀਬਨ 500-600 ਏਕੜ ਰਕਬਾ ਜਿਹੜਾ ਬਿਲਕੁਲ ਨੀਵਾਂ ਸੀਗਾ ਉਹ ਰਕਬਾ ਅੱਜ ਵੀ 50 ਸਾਲ ਬਾਅਦ ਵੀ ਉਹ ਰਕਬਾ ਉਸੇ ਤਰ੍ਹਾਂ ਬੀਆਬਾਨ ਪਿਆ ਹੈ ਔਰ ਕਿਸਾਨ ਜਿਹੜੇ ਉਹ ਸਰਕਾਰਾਂ ਦੇ ਮੂੰਹ ਵੱਲੇ ਵੇਖ ਰਹੇ ਨੇ ਹਾਂ ਇੰਨਾ ਜ਼ਰੂਰ ਹੈ ਕਿ ਪੰਜਾਬ ਸਰਕਾਰ ਪਿੱਛੇ ਬਾਦਲ ਸਾਹਿਬ ਦੀ ਸਰਕਾਰ ਰਹੀ ਉਹਨਾਂ ਨੇ ਕਾਫੀ ਮੱਛੀ ਫਾਰਮ ਵਗੈਰਾ ਬਣਾਏ ਔਰ ਬੜੀ ਕਿਸਾਨਾਂ ਨੇ ਚੰਗਾ ਕੰਮ ਵੀ ਕੀਤਾ ਮੱਛੀ ਫਾਰਮ ਦਾ ਲੇਕਿਨ ਉਸ ਤੋਂ ਬਾਅਦ ਇਹ ਰਕਬੇ ਫਿਰ ਵੀ ਨਹੀਂ ਸੁਧਰ ਸਕੇ ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਰਕਬਾ ਸਰਕਾਰ ਇਹਦੇ ਵਿੱਚ ਤਨਦੇਹੀ ਨਾਲ ਅਗਰ ਕੰਮ ਕਰੇ ਤਾਂ ਇਹਦੇ ਵਿੱਚ ਕੋਈ ਮਿੱਟੀ ਵਗੈਰਾ ਪੈ ਜਾਵੇ ਤਾਂ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਕਿਉਂਕਿ ਅਮੀਰ ਕਿਸਾਨ ਜਿਹੜੇ 500-600 ਏਕੜ ਤਾਂ ਇੱਕ ਵੀ ਬੜੀ ਹੁੰਦੀ ਹੈ ਇੱਕ ਏਕੜ ਵਿੱਚ ਅੱਜ ਦੇ ਜ਼ਮਾਨੇ 'ਚ 1 ਲੱਖ ਰੁਪਈਆ ਸਾਲ ਦਾ ਮਿਲਦਾ ਹੈ ਅਤੇ 500-600 ਏਕੜ ਰਕਬਾ ਬਰਬਾਦ ਪਿਆ ਹੈ ਕਿਸਾਨਾਂ ਦੀ ਹਾਲਤ ਤਰਸਯੋਗ ਹੈ ਔਰ ਜਿਹੜੇ ਕਿਸਾਨ ਅੱਜ ਦਬੇ ਗਏ ਉਹ ਕਿਸਾਨ ਉਹ ਸਰਕਾਰ ਦਾ ਹੱਕ ਵੀ ਬਣਦਾ ਹੈ ਕਿ ਉਹ ਸਰਕਾਰਾਂ ਸਮੇਂ ਸਮੇਂ ਸਿਰ ਉਹਨਾਂ ਕਿਸਾਨਾਂ ਦੀ ਮਦਦ ਕਰਨ ਪਿੱਛੇ ਕਾਂਗਰਸ ਸਰਕਾਰ ਵੀ ਰਹੀ ਹੈ ਕਾਂਗਰਸ ਸਰਕਾਰ ਦੇ ਬੜੇ ਵੱਡੇ ਲੀਡਰ ਇੱਥੇ ਤੁਹਾਡੇ ਪਿੰਡ ਆਉਂਦੇ ਰਹੇ ਹੈ ਧਰਮਿੰਦਰ ਆਂਵਲਾ ਬੜੇ ਆਪਦੇ ਆਪ ਨੂੰ ਸਮਾਜ ਸੇਵੀ ਅਤੇ ਬੜਾ ਹੋਰ ਕੁਝ ਘੁਆਉਂਦੇ ਆ ਉਹਨਾਂ ਦੇ ਵੱਲੋਂ ਕਦੇ ਸਾਰ ਨਹੀਂ ਲਈ ਗਈ ਨਹੀਂ ਨਹੀਂ
आवला साहब MLA बने सी, थोड़े समय वास्ते बने सी, लेकिन उन्होंने कोई साढ़े सजराने का कुछ नहीं सवारिया। इस पासे तो आए ही नहीं, जमीन वाले पासे। ठीक है, ग्रांटा वगैरह कुछ दित्तियां होनियां जरूर विकास वास्ते, पर जिहड़ियां जमीना पईआं ने इन्हां दे बारे उन्होंने कदे भी नहीं। असीं कई बार मिले भी सी उन्होंने भी, तुसीं पंजाब सरकार जे हुण तुहाडा हक बनता भी कोई साडी आवाज़ उठाओ, लेकिन वह कहिंदे जी साडे कोल तां बजट ही नहीं, खजाना ही खाली है। उस करके किसान जिहड़े सी मायूस हो के फिर चुप कर जांदे सी। की कदे लगदा कि जिवें इत्थे पहला लहरा बहरा सी, दुबारा मुड़ तो यही खेतों के हल पंजाली बलदा दे राई ट्रैक्टर दे राई इत्थे खेती की जाऊगी, की कदे मन में लगता भी असं दोबारा फिर इस खेतों के आवेंगे? हाँ, किसान कदे अपनी हिम्मत नहीं छड़ता, और अज भी किसान जिहड़ा अपनी हिम्मत रखता है। वो चाहते हैं कि किसी टाइम ये जमीना के राजे सी असी, और अज भी असं सोचने कि वह जमीना जे सरकार साड़ी मदद कर दे तो अज भी उस तरह खुशहाली आ सकती, उस तरह तरक्की हो सकती किसान। गल करते हैं तुहाडी इत्थे एरिए कितनी जमीन है जिहड़ी बंजर पई है? साढ़े कोल इत्थे टोटल 95 एकड़ रकबा है जी, जिहदे 35 एकड़ रकबा साडा थले पिया छप्पड़ां च, और 35 एकड़ रकबा जिहड़ा है वह एक किसान का एक किला भी पिया वे तो बड़ा मायूस हुंदा है। तुहाड़े पहला तुहाडे पुरखे दादे पड़दादे भी इत्थे वाही करदे सन? हाँ, साडे बजुर्ग वाही करदे रहे ने शुरू तो ही। पाकिस्तान तो आ के सानू इत्थे अलाटमेंट होई सी, 90 एकड़ रकबा इत्थे 95 एकड़ मिलिया सी सानू, और इस रकबे ते बहुत बारां रहीआं ने बजुर्गां ने बड़ियां मेहनतां करके। किवें लगदा कि कदे तुहाडे पुरखे पुरखियां दी विरासत है, चलो हाले भी तुसीं सांभ के रखी हुई, इहनूं वेचिआ नहीं, चाहे इत्थे बंजर है, किवें लगता कदे दादे पड़दादे इत्थे खेती करते सन, कदे मन दे विच कदे आउंदा नहीं भी असी भी इहनूं किवें ना किवें सुधारीए, कदे पुरखे इत्थे बैठदे सन उस नूं लैके? साडे बजुर्गां ने जो सानूं विरासत विच जमीनां दित्तियां ने, असीं उहनां विचों इक कनाल भी नहीं विगाड़ना चाहुंदे, भावें उह इहदे साल होर भी पई रहे। मेरे तो वड्डे भाई साहब लगातार 4 वारी 20 साल सरपंची उहनां ने कीती है, नामचंद सरपंच साहब ने, उहनां ने भी बड़ी हिम्मत नाल कम कीते, और बाल साहब ने भी बड़ा इत्थे साडे सेम नालियां सारियां जिन्नियां भी कढवाइयां उहनां ने बड़े उपराले कीते, ते सानूं जिहड़ा पहलां सारा रकबा ही बर्बाद सीगा। गल कीती जावे भी इह जिहड़ा इन्ना रकबा खाली पिया, उपजाऊ है जमीन, फिर भी इहनूं दुबारा मुड़ तो उपजाऊ बनाउणा होवे, इत्थे वाही करनी होवे, तो उसदा की कीता जा सकदा कि इत्थे दुबारा फसल बीजी जा सकदे, की उपराले की कीते जाणे चाहीदे सरकारां वल्लों? सुखिंदर जी, साडा तां इह मन करदा है कि सरकार अगर इमानदारी नाल सजराणे नूं वसाणा चाहे तां सरकारां तां दरियावां दे बन्न मोड़ दिंदियां ने, इह तां गल्लबात कुछ भी नहीं, 500-400 एकड़ रकबा। ते असीं तां सरकार नूं अपील करांगे कि नवीं सरकार आई है वो जे अगर इस इहनूं ग्रांटा देण दी बजाय जे जमीनां उच्चियां कर देण, मिट्टी पवा के सारे आ जिहड़ी 500-400 एकड़ रकबा पिया कोई वड्डी गल नहीं है, तो सरकार अगर कराउणा चाहे तो दरियावां दे बन्न मोड़ सकदे ने, तां छोटी जी गल है। इस जमीन दे उपर कीड़ी कीड़ी फसल दी बिजाई कीती जा सकदी है अगर इहनूं सरकार मुड़ तों उपजाऊ बनावे, इत्थे आपदे खेती माहर लिया के मिट्टी पवा के आपदे हिसाब नाल, उदों बाद इत्थे कीड़ी कीड़ी फसल दी बिजाई हो सकदी है? जेकर इहदे उपर पूरी मिट्टी पाई जावे तां नरमे तों, क्योंकि सलाबी एरिया है, सेम एरिया है, नरमे तों इलावा कोई भी फसल, दुनिया की कोई भी फसल इत्थे आपां बीज सकते हैं बजाय नरमा, क्योंकि नरमा जिहड़ा किस्म है वह थोड़ा जिहा सेम नूं नहीं मनदा, बाकी तकरीबन फसलां जिहड़ियां सेम वालियां सारियां उगाईआं जा सकदियां। ठीक, कदे हुण आम आदमी पार्टी की सरकार आई है, सरकार दे वल्लों बड़ा कहा जांदा है कि वह किसानां नूं लैके बड़े चिंतित ने पंजाब दे भगवंत मान, कदे मिले उन्हां नूं गल्लबात हुई कदे? नहीं, भगवंत मान जी ने कदे टाइम नहीं दिता, 1-2-4 वारी साडियां पंचायतां ने मिलन की कोशिश की, लेकिन वो आदि कामों से रुझे हुए हैं, लेकिन सरकार भी हाले 3 महीने की बनी है, असं ये भी आस करते हैं कि 3 महीने का समा जो कोई घट हों तो कितने ना कि सरकारों असी जाके फिर मिलेंगे, कितने सानू टाइम मिलिया तो असी उन्होंने आपका दुख दर्द दसांगे, तो दुख दर्द जो दसांगे तो फिर कितने ना कि साड़ी कहानी भी बनेगी, तो सानू आस है कि कोई ना कोई सरकार जी सा बांह फड़ेगी तो असी हमेशा ही उन्होंने जी है उन्होंने ऋणी रहेंगे। मैं कैमरा परसन कहाँगा कि सारा कैमरा घुमा के बड़ी अच्छी तरह दिखाया जाए कि दूर दूर तक इधर दिखाया जाए कैमरे के राही सारा, इधर भी बड़ी दूर दूर तक जिहड़ी फसल है नहीं दिखाई दे रही, बंजर एरिया हो चुका है, सिर्फ पानी जिहड़ा थल्ले दा पानी बहुत माड़ा है,
सेमी एरिया तो सरकारा नूं भी इन्हां दे वल्लों अपील की जा रही है कि इन्हां नूं ये धरती नूं फिर तो उपजाऊ बनाया जाए। बस इत्थे एक मिट्टी पाउण दी देर है तो इन्दे विच छोटे किसान भी मौजूद ने जिहड़े जिन्हां दी बहुत थोड़ी थोड़ी जमीन है। हाँ जी, इहदे विच सिर्फ 3-4 जिहड़े वड्डे जमींदार ने, बाकी सारे 2-2, 4-4 एकड़ वाले बंदे ने जिहड़े विचारे बिल्कुल इत्थों मायूस होकर बाहर चले गए। कुछ लोगों ने दुकानदारी बना ली, कोई रोजी मद्दा मसला करके छोटे छोटे जमींदार, क्योंकि वड्डे जमींदार तो बैठे ने, छोटे जमींदार क्योंकि रोजी का मसला सी, वो आपकी कमाई रोजी करने वास्ते किसी ने दुकान बना ली, किसी का बेटा डॉक्टर छोटा मोटा बन गया, किसी ने सब्जी बेचने का काम कर लिया, वो गरीबी दावे आपकी जी महंगाई का दौर है। अजकल तो 2-4 किले चलो परिवार का गुजारा वधिया चल जाता है, पर वो 2-4 किले भी है सेमी एरिए मार दे हेठ हेठ है, वो परिवार किवें गुजारा किवें चलता उन्होंने। देखो जी, बड़ा औखा है, कलयुग का जमाना है, महंगाई का जमाना है। किसान जड़ा है 2-4 किले वाला, जो वो 2-4 किले की आमदन होवे तो रोटी का मसला उपरों कर ले, तो 2-4 किले की कमाई उन्हें बचती है, एक पासा बच जाता है, तो वह तरक्की करता है। जो वो है ही नहीं कुछ खाने, तो जोड़ा कमाऊगा उन्ना खाऊगा, तो उन्हें की किसी देगा तो की किसी बचूगा। तो गरीब तो अज भी मरिया तो कल भी मरिया, जे सरकार पला फड़े तो गरीब की मदद हो सकती है। तो यह सन किसान आगू आत्मा राम कंबोज जिन्होंने कैमरे से बहुत कुछ दसिया कि 4 किले वाला 2 किले वाला छोटा किसान भी इस गंदला पानी सेमी एरिए मार दे हेठ दबिया कुचलिया, तो वड्डे किसान भी इन्दे विच मार दे विच आए ने। तो पंजाब सरकार नूं इन्होंने अपील की कि अगर इत्थे मिट्टी पा गई जाए तो यह जिहड़ा सोने की धरती है, सोने वर्गी धरती है, इत्थे हर तरह की फसल नरमे नूं छड्ड के उगाई जा सकती है। तो करोड़ा अरबा रुपए की जमीन जी खाली पई है, सिर्फ सेमी एरिए करके सिर्फ मिट्टी पाउण की जरूरत है। किसानां दी असीं भी पंजाब सरकार नूं अपील करते हैं, किसानां दी ते सरकार दी सांझी मीटिंग करके कोई ना कोई इसका हल कढ़ना चाहिए, क्योंकि पंजाब एक उपजाऊ धरती है, किसानां दी धरती है, इसनूं बंजर ना होने दिता जाए। रहमत टीवी दे नाल सुखविंदर थिन फाजिलका।